ਕਿਸਾਨ ਵੀਰੋ, ਸਵਾਗਤ ਆ ਤੁਹਾਡਾ YouTube ਚੈਨਲ ਸਿੱਧਕ ਡੇਅਰੀ ਫਾਰਮਿੰਗ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨੀਲੀ ਰਾਵੀ ਦੇ ਬਹੁਤ ਸੋਹਣੇ ਪਸ਼ੂ ਦਿਖਾਊਂਗਾ। ਇਹ ਸਾਰੇ ਪਸ਼ੂ ਕਿਸੇ ਨਾ ਕਿਸੇ ਮੇਲਿਆਂ ਦੇ ਵਿੱਚੋਂ ਜੇਤੂ ਵੀ ਹੈ। ਉਹ ਡਿਟੇਲ ਆਪਾਂ ਬਾਈ ਜੀ ਹੋਰਾਂ ਤੋਂ ਪੁੱਛਾਂਗੇ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਵਿੱਚੋਂ ਇਹਨਾਂ ਦੇ ਵਿੱਚੋਂ ਕੋਈ ਇੱਕ ਦੋ ਪਸ਼ੂ ਬਾਈ ਜੀ ਹੋਰਾਂ ਨੇ ਸੇਲ ਵੀ ਕਰਨੇ ਆ, ਉਹਦੇ ਬਾਰੇ ਉਹਨਾਂ ਦਾ ਰੇਟ ਜਾਂ ਉਹਨਾਂ ਦੀ ਡਿਟੇਲ ਕੀ ਹੈ, ਉਹ ਸਾਰੀ ਆਪਾਂ ਬਾਈ ਜੀ ਹੋਰਾਂ ਤੋਂ ਪੁੱਛਾਂਗੇ। ਬਾਈ ਜੀ ਹੋਰਾਂ ਦੀ ਖਾਸੀਅਤ ਇਹ ਹੈ ਕਿ AI ਦੀ ਪ੍ਰੈਕਟਿਸ ਵੀ ਖੁਦ ਕਰਦੇ ਆ, ਤਾਂ ਉਹਦੇ ਕਰਕੇ ਚੰਗੇ ਟੀਕੇ ਆਪ ਭਰਦੇ ਆ, ਸ਼ੌਂਕ ਹੈ, ਜਾਣਕਾਰੀ ਰੱਖਦੇ ਆ। HF ਦੇ ਵਿੱਚ ਵੀ ਚੰਗਾ ਰਿਕਾਰਡ ਵਾਲੇ ਪਸ਼ੂ ਇਹਨਾਂ ਕੋਲ। ਕਿਸਾਨ ਵੀਰੋ, ਜਿਹੜੇ ਸਾਹਮਣੇ ਬਾਈ ਜੀ ਤੁਹਾਨੂੰ ਦੱਸ ਰਹੇ ਆ, ਆਰਮੀ 'ਚ ਜੋਬ ਕਰਦੇ ਆ ਅਤੇ ਇਹਨਾਂ ਨੂੰ ਪਸ਼ੂ ਪਾਲਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਇਹਨਾਂ ਨੇ ਹੁਣ ਡਿਊਟੀ ਦੇ ਉੱਤੇ ਜਾਣਾ ਤਾਂ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਬਾਈ ਜੀ ਹੋਰਾਂ ਨਾਲ ਕਰਾਂਗੇ। ਕੀ ਨਾਮ ਹੈ ਬਾਈ ਜੀ ਆਪਣਾ? ਮੇਰਾ ਨਾਮ ਜੀ ਕਸ਼ਮੀਰ ਸਿੰਘ ਹੈ ਜੀ। ਕਸ਼ਮੀਰ ਸਿੰਘ ਵੀਰ ਜੀ, ਹੁਣ ਆਪਾਂ ਪੰਜਾਬ ਆਰਮੀ ਦੇ ਵਿੱਚ ਜੋਬ ਕਰ ਰਹੇ ਹਾਂ, ਹੈ ਨਾ? ਹਾਂਜੀ ਹਾਂਜੀ। ਠੀਕ ਹੈ, ਅਤੇ ਅੱਜ ਡਿਊਟੀ ਚੱਲਿਓ, ਹੈ ਨਾ? ਹਾਂਜੀ ਹਾਂਜੀ। ਠੀਕ ਹੈ, ਅਤੇ ਪਸ਼ੂ ਪਾਲਣ ਦਾ ਤੁਹਾਨੂੰ ਫਿਰ ਪਹਿਲਾਂ ਤੋਂ ਸ਼ੌਂਕ ਹੈ ਵੀਰੇ? ਹਾਂਜੀ, ਸ਼ੁਰੂ ਤੋਂ ਹੀ ਸ਼ੌਂਕ ਹੈ ਜੀ, ਸਾਡੇ ਫਾਦਰ ਸਾਹਿਬ ਤੋਂ ਹੀ ਪਹਿਲਾਂ ਤੋਂ ਹੀ ਸ਼ੌਂਕ ਹੈ। ਠੀਕ ਹੈ ਠੀਕ ਹੈ, ਛੋਟੇ ਹੁੰਦੇ ਤੋਂ ਸਾਨੂੰ ਵੀ ਸ਼ੌਂਕ ਪੈ ਗਿਆ। ਅੱਛਾ, ਠੀਕ ਹੈ, ਅਤੇ ਅੱਜ ਫਿਰ ਹੁਣ ਕਿਹੜੀ ਥਾਂ 'ਤੇ ਡਿਊਟੀ ਚੱਲੇ ਹੋ ਤੁਸੀਂ? ਮੈਂ ਜੀ ਰੁੜਕੀ ਜਾ ਰਿਹਾ ਜੀ। ਰੁੜਕੀ ਜਾ ਰਹੇ, ਠੀਕ ਹੈ ਬਾਈ ਜੀ, ਮਿਹਰਬਾਨੀ ਵੀਰੇ। ਆਓ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਕੀ ਨਾਮ ਆਪਣਾ? ਜਗਸੀਰ ਸਿੰਘ ਨਾਮ ਹੈ। ਜਗਸੀਰ ਸਿੰਘ, ਤੇ ਪਿੰਡ ਆਪਣਾ ਚੇਤ ਸਿੰਘ ਵਾਲਾ, ਹੈ ਨਾ? ਤੇ ਜ਼ਿਲ੍ਹਾ ਨੂੰ ਫਰੀਦਕੋਟ ਹੀ ਪੈਂਦਾ, ਹੈ ਨਾ? ਫਰੀਦਕੋਟ ਪੈਂਦਾ। ਠੀਕ ਹੈ ਬਾਈ ਜੀ, ਤੇ ਬਾਈ ਜੀ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਪਸ਼ੂ ਪਾਲਣ ਨਾਲ ਜੁੜੇ ਹੋਏ ਨੂੰ? ਪਸ਼ੂ ਤਾਂ ਜੀ ਅਸੀਂ ਮਤਲਬ ਕਿ ਮੈਂ ਤਾਂ ਬਚਪਨ ਤੋਂ ਪਹਿਲਾਂ ਸਾਡੇ ਬਜ਼ੁਰਗ ਵੀ ਪਾਲਦੇ ਰਹੇ। ਠੀਕ ਹੈ, ਕਾਫੀ ਠੀਕ ਹੈ। ਤੇ ਜਦੋਂ ਮੈਂ ਛੋਟਾ ਸੀਗਾ ਉਦੋਂ ਤੋਂ ਹੀ ਸ਼ੌਂਕ ਆ ਮੈਨੂੰ। ਠੀਕ ਹੈ, ਤੇ ਬਾਈ ਜੀ ਜਿਹੜਾ ਇਹ ਨੀਲੀ ਰਾਵੀ ਨਸਲ ਨਾਲ ਆਪਣਾ ਜ਼ਿਆਦਾ ਲਗਾ ਹੈ, ਸਾਰੇ ਪਸ਼ੂ ਨੀਲੀ ਰਾਵੀ 'ਚ ਹੀ ਹੈ। ਹਾਂਜੀ ਹਾਂਜੀ। ਇਹਦੇ ਪਿੱਛੇ ਕੋਈ ਖਾਸ ਵਜ੍ਹਾ? ਖਾਸ ਵਜ੍ਹਾ ਇਹ ਸੀ ਜੀ, ਸਾਡੇ ਕੋਲ ਪਹਿਲਾਂ ਇੱਕ ਇੱਥੇ ਮੱਝ ਸੀ ਨੀਲੀ ਰਾਵੀ ਦੀ। ਠੀਕ ਹੈ ਵੀਰੇ। ਉਹਦੇ ਵਿੱਚੋਂ ਨਾ ਮਤਲਬ ਕਿ ਗਾਂ ਦੀ ਗਾਂ ਅਸੀਂ ਟੀਕੇ ਚੰਗੇ ਲਵਾਏ ਆ। ਅੱਛਾ। ਉਹ ਚੋਂ ਗਾਂ ਸਾਨੂੰ ਮਤਲਬ ਕਿ ਫਿਰ ਨੀਲੀ ਰਾਵੀ 'ਚ ਹੀ ਪੈ ਗਏ ਸੀ। ਠੀਕ ਹੈ, ਉਦੋਂ ਬਾਅਦ 'ਚ ਫਿਰ ਆਪਾਂ ਨੀਲੀ ਰਾਵੀ 'ਚ ਧਿਆਨ ਕਰ ਲਿਆ, ਹੈ ਨਾ? ਨੀਲੀ ਰਾਵੀ 'ਚ ਵੱਧ ਧਿਆਨ ਕੀਤਾ। ਮੋਹਰਾਂ ਦੀਆਂ ਹੀ ਮੱਝਾਂ ਸੀਗੀਆਂ ਸਾਡੇ ਕੋਲ। ਠੀਕ ਹੈ। ਦੋ ਵੇਚਤੀਆਂ ਸੀ ਅਸੀਂ। ਅੱਛਾ। ਤੇ ਨੀਲੀ ਰਾਵੀ ਦੀ ਬਰੀਡ ਪਹਿਲਾਂ ਤੋਂ ਹੀ ਸਾਡੇ ਕੋਲ। ਠੀਕ ਹੈ, ਤੇ ਬਾਈ ਜੀ ਜਿਹੜੀ ਆ ਮੱਝ ਸਾਹਮਣੇ ਦਿਸ ਰਹੀ ਹੈ, ਇਹ ਆਪਣੇ ਕੋਲ ਪੁਰਾਣੀ ਮੱਝ ਇਹੀ ਹੈ ਹੁਣ ਸਾਰਿਆਂ ਤੋਂ? ਹਾਂਜੀ ਹਾਂਜੀ। ਠੀਕ ਹੈ, ਤੇ ਇਹ ਕਿੰਨਵੇਂ ਸੂਏ ਸੂਣੇ ਨੇ? ਇਹਨੇ ਸੂਣਾ ਜੀ ਪੰਜਵੇਂ ਸੂਏ ਸੂਣਾ। ਪੰਜਵੇਂ ਸੂਏ ਸੂਣਾ, ਚਾਰ ਸੂਏ ਤੋਂ ਪਹਿਲਾਂ ਸੂਈ ਹੈ ਨਾ? ਤੇ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ, ਇਹਨੇ ਕਿੰਨੇ ਕੁ ਮੇਲੇ ਜਿੱਤੇ ਵੀਰ ਜੀ? ਇਹਨੇ ਜੀ ਫਰੀਦਕੋਟ ਫਸਟ ਸੀ ਇਹ। ਠੀਕ ਹੈ। ਤੇ ਡਰਾਈ ਚ ਵੀ ਕਿਹੜਾ ਦੂਜੇ ਨੰਬਰ ਤੇ ਸੀ। ਠੀਕ ਹੈ। ਆਉਂ ਇਹ ਤੀਜੇ ਨੰਬਰ ਤੇ ਆਈ ਸੀ। ਠੀਕ ਹੈ। ਤੇ ਮੁਕਤਸਰ ਇਹ ਜਦੋਂ ਝੋਟੀ ਸੀ ਦੁੰਦੀ, ਹਾਂ, ਉਦੋਂ ਛੇਵੇਂ ਸਥਾਨ ਤੇ ਆਈ ਸੀ। ਠੀਕ ਹੈ। ਇੱਕ ਵਾਰ ਦੁੱਧ ਦਿੰਦੀਆਂ ਮੱਝਾਂ ਦੇ ਦਸਵਾਂ ਸਥਾਨ ਸੀ। ਠੀਕ ਹੈ। ਡਰਾਈ ਚ 15ਵਾਂ, 6 ਮੇਲੇ ਜਿੱਤੇ ਆਈ। 6 ਮੇਲੇ ਜਿੱਤੇ, ਤੇ 6 ਮੇਲਿਆਂ ਦੇ ਸਰਟੀਫਿਕੇਟ ਹੈ ਆਪਣੇ ਕੋਲ? ਸਾਡੇ ਕੋਲ ਮੌਜੂਦ ਹੈ। ਠੀਕ ਹੈ, ਤੇ ਬਾਈ ਜੀ ਇਹਦਾ ਮਿਲਕ ਰਿਕਾਰਡ ਕੀ ਰਿਹਾ ਪਿਛਲੇ ਸਾਲ ਦੇ ਵਿੱਚ? 14.5 ਲੀਟਰ ਦਾ ਦੁੱਧ ਸੀ ਸਾਡੇ ਕੋਲ। ਠੀਕ ਹੈ, 14.5 ਲੀਟਰ ਦੁੱਧ ਘਰੇ ਚੋਇਆ ਆਪਾਂ ਇਹਦਾ, ਹੈ ਨਾ? ਠੀਕ ਹੈ, ਤੇ ਹੁਣ ਇਹ ਕਿੰਨੇ ਚਿਰ ਦੀ ਗੱਭਣ? ਇਹ ਹੁਣ 5 ਮਹੀਨੇ ਦੀ ਗੱਭਣ, 6ਵਾਂ ਮਹੀਨਾ ਨੂੰ ਸਟਾਰਟ। 6ਵਾਂ ਸਟਾਰਟ ਆ, 5 ਮਹੀਨੇ ਦੀ ਗੱਭਣ ਹੈ, ਤੇ ਇਹ ਹੁਣ ਕਿਹੜੇ ਸਾਂ ਤੋਂ ਗੱਭਣ ਹੈ? ਇਹ ਜੀ ਰਾਂਝਾ ਵਾਲੇ ਝੋਟਾ ਇੱਕ। ਠੀਕ ਹੈ। ਯੂਨੀਵਰਸਿਟੀ ਤੋਂ ਲੈਂਦਾ ਉਹਨਾਂ ਨੇ, ਹਾਂ, ਜਿਹੜਾ ਵਰਕ ਡੈਰੀ ਫਾਰਮ ਵਾਲੇ ਵਾਲੇ, ਹਾਂ, ਵਰਕ 570 ਸ਼ਾਇਦ ਨਾਂ ਰੱਖਿਆ ਹੋਇਆ ਨਾ, ਉਸ ਤੋਂ ਗੱਭਣ ਹੈ ਜੀ। ਠੀਕ ਹੈ, ਤੇ ਆਪ ਇਹ ਕਿਹੜੇ ਸਾਂ ਦੀ ਧੀ ਹੈ? ਇਹ ਜੀ ਸਾਡੇ ਕੋਲੇ ਇੱਕ ਮੱਝ ਸੀ ਨੀਲੀ ਰਾਵੀ ਦੀ ਜੀ। ਠੀਕ ਹੈ। ਸਾਡੇ ਕੋਲੇ ਇੱਥੇ ਨਾ ਖੈਰ ਬਲਵੀਰ ਸਪੈਂਚ ਕੇ ਵਜਦੇ ਆ। ਅੱਛਾ। ਉਧਰੋਂ ਆਏ ਸੀ ਬਾਰਡਰ ਤੋਂ। ਠੀਕ ਹੈ। ਉਹਨਾਂ ਤੋਂ ਮੈਂ ਲਈ ਸੀ ਇੱਕ। ਅੱਛਾ। ਬਹੁਤ ਵਧੀਆ ਮੱਝ ਸੀ ਉਹ। ਠੀਕ ਹੈ। ਤੇ ਉਹਨੂੰ ਟੀਕਾ ਲਵਾਇਆ ਸੀ ਅਸੀਂ ਨਿੰਦਾ ਬੁੱਲ ਦਾ। ਨਿੰਦਾ ਬੁੱਲ, ਇਹ ਨਿੰਦਾ ਬੁੱਲ ਆਪਣੇ ਨਾਭੇ ਯੂਨੀਵਰਸਿਟੀ ਦਾ ਬੁੱਲ ਸੀ। ਠੀਕ ਹੈ। ਉਹਦੀ ਧੀ ਹੈ। ਠੀਕ ਹੈ, ਉਹਦੀ ਨਿੰਦੇ ਬੁੱਲ ਦੀ ਇਹ ਧੀ ਹੈ। ਹਾਂਜੀ। ਤੇ ਹੁਣ ਇਹ ਵਿਰਕ 570 ਜਿਹੜਾ ਸਾਨ ਰਾਈਆਂ ਵਾਲੇ ਪਿੰਡ ਦੇ ਵਿੱਚ ਨਾਭੇ ਤੋਂ ਹੀ ਆਇਆ, ਉਹਦੇ ਤੋਂ ਇਹ ਗੱਬਣ ਹੈ, ਹੈ ਨਾ? ਠੀਕ ਹੈ, ਕਿਸਾਨ ਵੀਰੋ ਦੇਖ ਸਕਦੇ ਆ, ਡਰਾਈ ਮੱਝ ਆ, ਹੁਣ ਇਹ ਦੁੱਧੋਂ ਤਾਂ ਭੱਜੀ ਹੋਈ ਹੈ, ਦੁੱਧ ਨਹੀਂ ਦਿੰਦੀ, ਪਰ ਬਾਈ ਜੀ ਹੋਰੀ ਦੱਸਦੇ ਆ ਵੀ ਇਹਦਾ ਆਰਡਰ ਜਿਹੜਾ ਉਹ ਐਕਸਟਰਾ ਆਰਡਨਰੀ ਹੁੰਦਾ ਜਦੋਂ ਇਹ ਤਿਆਰ ਹੋ ਕੇ ਸੂਣ ਦੇ ਬਿਲਕੁਲ ਨੇੜ ਆਊਗੀ। ਤੇ ਬਾਕੀ ਇਹਨਾਂ ਦੇ ਕੋਲ ਸਾਰੇ ਇਹਦੇ ਹੀ ਅੱਗੇ ਬੱਚੇ ਆ ਜਿਹੜੇ ਬਾਈ ਜੀ ਹੋਰਾਂ ਕੋਲ ਹੈਗੇ ਆ ਅਲੱਗ ਅਲੱਗ ਸਾਨਾਂ ਦੇ, ਉਹ ਆਪਾਂ ਸਾਰੀ ਡਿਟੇਲ ਬਾਈ ਜੀ ਹੋਰਾਂ ਤੋਂ ਲੈਂਦੇ ਹਾਂ। ਇਹ ਮੱਝ ਇਹਨਾਂ ਨੇ ਸੇਲ ਕਰਨੀ ਆ, ਇਹਦਾ ਰੇਟ ਆਪਾਂ ਐਂਡ ਦੇ ਵਿੱਚ ਸਾਰੇ ਪਸ਼ੂ ਜਿਹੜੇ ਵੇਚਣੇ ਉਹਨਾਂ ਦਾ ਰੇਟ ਪੁੱਛ ਲਾਂਗੇ ਆਪਾਂ। ਮੱਝ ਤੁਹਾਨੂੰ ਦਿਖਾ ਦਿੰਦਾ ਮੈਂ ਕਿਹੜਾ, ਡਰਾਈ ਮੱਝ ਆ, ਵੈਸੇ ਇਹਨੂੰ ਤੋਰ ਕੇ ਦੇਖਣ ਦਾ ਤਾਂ ਹੁਣ ਨਹੀਂ ਕੋਈ ਲੋੜ ਹੈਗੀ, ਇਸ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਆਰਡਰ ਜਿਹੜਾ ਹੈਗਾ ਬਹੁਤ ਸੋਹਣਾ ਬਣਾਊਗੀ, ਢਿੱਲ ਕਾਫੀ ਹੈ, ਪਿੱਠ ਪੂੜਾ ਬਹੁਤ ਸੋਹਣਾ ਚੌੜਾ, ਉੱਤੋਂ ਸਿੰਗ ਵੀ ਕਾਫੀ ਸੋਹਣੇ ਆ, ਨੀਲੀ ਰਾਵੀ ਦੀ ਬਹੁਤ ਹੀ ਖੂਬਸੂਰਤ ਮੱਝ ਆ ਇਹ। ਵੀਰ ਜੀ ਇਹ ਝੋਟੀ ਬਾਰੇ ਵੀ ਦੱਸੋ ਜੀ, ਇਹ ਕਿੰਨੇ ਚਿਰ ਦੀ ਉਮਰ ਹੈ ਜੀ? ਇਹਦੀ ਉਮਰ ਹੈ ਜੀ 2 ਸਾਲ ਤੇ 10 ਮਹੀਨੇ ਉਮਰ ਹੈ ਜੀ। 2 ਸਾਲ ਤੇ 10 ਮਹੀਨੇ, ਮਾੜਾ ਸਾਈਡ ਤੇ ਹੋਏ ਜੀ ਇਹਦਾ ਮੂੰਹ ਦਿਖਾਉਣੇ ਆ, ਕਿਸਾਨ ਵੀਰੋ ਦੇਖ ਸਕਦੇ ਆ ਬਹੁਤ ਸੋਹਣੇ ਸਿੰਗ ਇਹਦੇ, ਗੋਲ ਤੇ ਨੀਲੀਆਂ ਅੱਖਾਂ,
ਆਪਾਂ ਪਹਿਲਾਂ ਵੇਖ ਕੇ ਹਟੇ ਜਿਹੜੀ ਭੱਡੀ ਮੱਝ ਹੈ ਨਾ, ਉਹ ਸਮਾਈਦੀ ਹੈ ਜੀ। ਠੀਕ ਹੈ, ਤੇ ਹੁਣ ਅੱਗੇ ਕਿਹੜੇ ਸਾਨ ਤੋਂ ਗੱਬਣ ਹੈ? ਇਹ ਹੁਣ ਨਾਭੇ ਯੂਨੀਵਰਸਿਟੀ ਦਾ ਬੋਲ ਹੈ ਜੀ, ਨਾਗੀ ਨਾਗੀ ਤੋਂ ਗੱਬਣ ਹੈ, ਨਾਗੀ ਤੋਂ ਗੱਬਣ ਹੈ। ਠੀਕ ਹੈ, ਦੇਖ ਸਕਦੇ ਹਾਂ ਕਿਸਾਨ ਵੀਰੋ ਹਜੇ ਸੁਣ ਦੇ ਵਿੱਚ। ਇਹ ਕਿੰਨਾ ਚਿਰ ਬਾਕੀ ਹੈ? ਇਹ ਤੇ 2 ਮਹੀਨੇ ਬਾਕੀ ਹੈ, 2 ਮਹੀਨੇ 8 ਮਹੀਨਿਆਂ ਦੀ ਗੱਬਣ ਹੈ, ਤੇ ਕਾਫੀ ਸੋਹਣੇ ਆਰਡਰ ਜਿਹੜਾ ਉਹ ਤਿਆਰ ਕਰ ਰੱਖਿਆ। ਅੱਗੇ ਹੁਣ ਇਹ ਭਰਨਾ ਸ਼ੁਰੂ ਕਰ ਦੂਗੀ। ਤੁਸੀਂ ਦੇਖ ਸਕਦੇ ਹਾਂ ਥਣਾਂ ਦੀ ਬਣਾਵਟ ਬਹੁਤ ਸੋਹਣੀ, ਬਹੁਤ ਸੋਹਣੇ ਮੂੰਹ ਮੱਥੇ ਦੀ ਬਹੁਤ ਸੋਹਣੀ ਸ਼ਕੀਨ ਝੋਟੀ ਹੈ ਇਹ। ਅਗਲੇ ਥਣ ਵੀ ਤੁਸੀਂ ਦੇਖ ਸਕਦੇ ਹਾਂ, ਕਾਫੀ ਸ਼ੌਂਕ ਨਾਲ ਸਾਂਭੀ ਹੋਈ ਝੋਟੀ ਹੈ, ਕਾਫੀ ਉੱਚਾ ਲੰਬਾ ਕੱਦ ਹੈ। ਵੀਰ ਜੀ, ਇਹ ਵੀ ਪਾਈ ਸੀ ਕਿਸੇ ਮੇਲੇ ਤੇ ਆਪਾਂ? ਇਹ ਜੀ ਅਸੀਂ ਜਗਰਾਓ ਲਗਾਏ ਸੀ ਜੀ। ਠੀਕ ਹੈ, ਜਗਰਾਓ ਉਦੋਂ 5 ਹੀ ਝੋਟੀਆਂ ਉਹਨਾਂ ਨੇ ਉੱਥੇ ਰੱਖੀਆਂ ਸੀ। ਠੀਕ ਹੈ, ਤੇ ਉਹਨਾਂ ਚ ਮਤਲਬ ਕਿ ਵਿੱਚ ਪੂਰਾ ਮੁਕਾਬਲਾ ਵਿੱਚ ਕਰ ਗਈ ਸੀ ਨਾਲ ਹੀ। ਠੀਕ ਹੈ, ਸਥਾਨ ਤੇ ਬਸ ਲਾਉਂਦੇ ਲਾਉਂਦੇ ਹੀ ਆਏ, ਅੱਗਾ ਪਿੱਛਾ ਹੋਇਆ। ਐਤਕੀ ਸਾਡੀ ਪੂਰੀ ਤਿਆਰੀ ਹੈ। ਠੀਕ ਹੈ, ਐਤਕੀ ਆਪਾਂ ਨੂੰ ਆਪਾਂ PDF ਦਾ ਜਿਹੜਾ ਮੇਲਾ ਆ ਰਿਹਾ ਦਸੰਬਰ ਦੇ ਵਿੱਚ, ਉਹਦੇ ਜਿਹਨੂੰ ਮੇਲੇ ਚ ਲੱਗਣਾ, ਉਹਦੇ ਜਿਹਨੂੰ ਪਾਉਣਾ ਦੋਂਦੀਆਂ ਝੋਟੀਆਂ ਜੀ, ਹੁਣ ਹੀ ਦੰਦ ਸਿੱਟੇ ਆ ਜੀ। ਠੀਕ ਹੈ, ਦੋਂਦੀਆਂ ਜਾਊਗੀ ਹੁਣ। ਠੀਕ ਹੈ ਵੀਰ ਜੀ, ਵੀਰ ਜੀ ਇਹ ਕੱਟੇ ਬਾਰੇ ਵੀ ਦੱਸੋ ਜੀ, ਇਹ ਕਿੰਨੀ ਉਮਰ ਹੈ ਇਹਦੀ? ਇਹਦੀ ਉਮਰ ਹੈ ਜੀ 2 ਸਾਲ ਹੈ ਜੀ। 2 ਸਾਲ ਉਮਰ ਹੈ। ਠੀਕ ਹੈ, ਤੇ ਕਿਹੜੇ ਸਾਨ ਦਾ ਬੱਚਾ ਇਹ? ਇਹ ਜੀ ਹਰਦਾਸੇ ਵਾਲਾ ਸਾਨ ਹੈ ਜੀ, ਸ਼ਕਤੀਮਾਨ। ਠੀਕ ਹੈ, ਸ਼ਕਤੀਮਾਨ ਦਾ ਬੱਚਾ ਇਹ, ਉਹਦਾ ਬੱਚਾ ਜੀ। ਠੀਕ ਹੈ, ਤੇ ਇਹ ਆਪਣੇ ਘਰ ਦੀ ਮੱਝ ਦਾ ਕਿ ਆਪਾਂ ਮੁੱਲ ਲੈਂਦਾ? ਇਹ ਨਹੀਂ ਜੀ, ਅਸੀਂ ਮੁੱਲ ਲਿਆ ਸੀ ਜੀ। ਠੀਕ ਹੈ, ਹਰਦਾਸੇ ਤੋਂ ਹੀ ਲੈਂਦਾ ਜੀ, ਉਹਨਾਂ ਕੋਲੇ ਇੱਕ ਬਹੁਤ ਚੰਗੀ ਮੱਝ ਸੀ। ਠੀਕ ਹੈ, ਤੇ ਮਤਲਬ ਕਿ 9 ਮਹੀਨਿਆਂ ਦਾ ਸੀ ਜਦੋਂ ਅਸੀਂ ਇਹਨੂੰ ਲਿਆ। ਠੀਕ ਹੈ, ਅਸੀਂ 45,000 ਦਾ ਖਰੀਦਿਆ ਸੀ ਜੀ। 45,000 ਦਾ 9 ਮਹੀਨਿਆਂ ਦਾ ਉਦੋਂ ਖਰੀਦ ਕੇ ਲਿਆਂਦਾ ਇਹ। ਹਾਂਜੀ। ਠੀਕ ਹੈ, ਤੇ ਇਹਦੀ ਵੀ ਤਿਆਰੀ ਫਿਰ ਅੱਗੇ ਮੇਲੇ ਪਾਉਣ ਦੀ? ਮੇਲੇ ਦੀ ਤਿਆਰੀ ਹੈ ਜੀ, ਖੀਰਾ ਹੀ ਅਜੇ ਦੰਦ ਕੋਈ ਨਹੀਂ ਨਸਿੱਟਿਆ। ਠੀਕ ਹੈ, ਖੀਰੇ ਸਾਨਾਂ ਦੇ ਵਿੱਚ ਇਹ ਕੰਪੀਟੀਸ਼ਨ ਲੜੂਗਾ ਇਹਨਾਂ। ਠੀਕ ਹੈ ਬਾਈ ਜੀ, ਬਾਈ ਜੀ ਆ ਝੋਟੀ ਬਾਰੇ ਵੀ ਦੱਸੋ ਜੀ, ਇਹ ਕਿੰਨਵੇਂ ਸੂਏ ਸੂਣ ਵਾਸਤੇ ਗੱਬਣ ਹੈ ਜੀ? ਦੂਜੇ ਸੂਏ ਸੂਣਾ। ਦੂਜੇ ਸੂਏ ਸੂਣਾ ਹੈ, ਤੇ ਇਹ ਉਸੇ ਮਾਝ ਦੀ? ਵੱਡੀ ਮਾਝ ਦੀ ਆਪਣੇ ਕੋਲ ਜਿਹੜੀ ਹੈ। ਠੀਕ ਹੈ, ਤੇ ਇਹਦੇ ਪਿਓ ਦਾ ਕੁਝ ਪਤਾ? ਸਾਨ ਕਿਹੜਾ ਸੀਗਾ? ਸਾਨ ਇਹ ਜੀ ਧੰਨਾ ਸ਼ਹੀਦ ਦਾ ਬਾਬਰਵਨ ਦੀ ਬੱਚੀ ਹੈ ਜੀ। ਬਾਬਰਵਨ ਦੀ ਬੱਚੀ, ਤੇ ਪਹਿਲੇ ਸੂਏ ਦਾ ਕੀ ਰਿਕਾਰਡ ਹੈ? ਪਹਿਲੇ ਸੂਏ ਨੇ 12 ਲੀਟਰ ਦੁੱਧ ਦਿੱਤਾ ਜੀ, ਸਾਡੇ ਕੋਲ ਖੀਰੀ ਸੂਪ ਹੀ ਸੀ। ਠੀਕ ਹੈ, 9 ਸਾਲਾਂ ਤੋਂ ਵੀ 2 ਮਹੀਨੇ ਘੱਟ ਹੀ ਸੀ ਇਹ ਜੀ ਜਦੋਂ ਸਾਡੇ ਕੋਲ ਸੂਪ। ਠੀਕ ਹੈ, ਤੇ ਨਹੀਂ ਨੇ ਸਿੱਟਿਆ ਸੀ ਕੋਈ? ਠੀਕ ਹੈ, ਤੇ ਹੁਣ ਇਹਦੀ ਉਮਰ ਕਿੰਨੀ ਹੋਜੂਗੀ? ਇਹਦੀ ਉਮਰ ਹੁਣ ਜੀ 20 ਨਵੰਬਰ ਨੂੰ ਇਹ 4 ਸਾਲਾਂ ਦੀ ਹੋਊਗੀ। 20 ਨਵੰਬਰ ਨੂੰ 4 ਸਾਲਾਂ ਦੀ, ਤੇ ਸੂਨ ਚ ਕਿੰਨਾ ਚਿਰ ਰਹਿੰਦਾ? 1 ਮਹੀਨਾ ਪੂਰਾ ਹੀ ਇਹਦੇ ਵਿੱਚ ਪਿਆ ਹਜੇ, ਸੂਨ ਦੇ ਵਿੱਚ 1 ਮਹੀਨਾ ਪਿਆ। ਬਾਬਰਵਨ ਧੰਨਾ ਸ਼ਹੀਦ ਬਾਈ ਦਰਸ਼ਨ ਸਿੰਘ ਜੀ ਹੋਰਾਂ ਕੋਲ ਸਾਨ ਹੈ, ਉਹਦੀ ਇਹ ਧੀ ਹੈ। ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ, ਪਹਿਲੇ ਸੂਏ 12 ਲੀਟਰ ਦੁੱਧ ਦਿੱਤਾ, ਪਰ ਉਦੋਂ ਇਹ ਖੀਰੀ ਸੂਈ ਸੀ। ਇਸ ਵਾਰ ਇਹ 4 ਸਾਲਾਂ ਦੀ ਉਮਰ ਦੇ ਵਿੱਚ ਹੁਣ ਦੂਜੀ ਵਾਰ ਸੂਨ ਨੂੰ ਤਿਆਰ ਹੈ। ਆਰਡਰ ਇਹਨੇ ਖੋਲ੍ਹਣਾ ਸ਼ੁਰੂ ਕਰਤਾ, ਥਣਾਂ ਦੀ ਬਣਾਵਟ ਇਹਦੀ ਐਕਸਟਰਾ ਆਰਡਨਰੀ ਹੈ। ਥਣਾਂ ਦਾ ਅੰਦਾਜ਼ਾ ਆਰਡਰ ਦਾ ਤੁਸੀਂ ਲਾ ਸਕਦੇ ਹੋ ਕਿਸਾਨ ਵੀਰੋ, ਕਾਫੀ ਖੁੱਲ੍ਹਾ ਆਰਡਰ ਬਣਾਊਗੀ ਇਹ। ਵੀਰ ਜੀ ਇਹ ਝੋਟੀ ਆਪਾਂ ਸੇਲ ਵੀ ਕਰਨੀ ਹੈ? ਹਾਂਜੀ ਹਾਂਜੀ। ਵੀਰ ਜੀ ਇਹ ਝੋਟੀ ਦਾ ਆਪਾਂ ਕੀ ਰੇਟ ਕਰਦੇ ਹਾਂ? ਇਹਦਾ ਜੀ ਅਸੀਂ 1.5 ਲੱਖ ਰੁਪਇਆ ਰੇਟ ਕਰਦੇ ਹਾਂ। 1.5 ਲੱਖ ਰੁਪਇਆ, ਤੇ ਇਹਦੇ ਚੋਂ ਮਾਨਤਾਨ ਹੋਊਗਾ ਕੁਛ? ਮਾਨਤਾਨ ਹੋ ਜੂਗਾ ਜੀ, ਥੋੜ੍ਹਾ ਬਹੁਤ ਕਰ ਲਾਂਗੇ। ਠੀਕ ਹੈ, ਯਾਨੀ ਹਜੇ 1 ਮਹੀਨਾ ਸੂਨ ਚ ਬਾਕੀ ਹੈ। ਜੇ ਕੱਚੀ ਕੋਈ ਖਰੀਦਣਾ ਚਾਹੁੰਦਾ ਤਾਂ ਬਾਈ ਜੀ ਹੋਰਾਂ ਨਾਲ ਸੰਪਰਕ ਕਰ ਸਕਦੇ ਆ, ਕੰਟੈਕਟ ਨੰਬਰ ਤੁਹਾਨੂੰ ਸਕਰੀਨ ਦੇ ਉੱਤੋਂ ਮਿਲ ਜੂਗਾ। ਬਾਕੀ ਬਹੁਤ ਵਧੀਆ ਬੋਲ ਦਾ ਟੀਕਾ ਲੱਗਾ ਜੀ ਇਹਦੇ, ਨਾਭੇ ਯੂਨੀਵਰਸਿਟੀ ਦਾ ਨਿਖਲ ਬੋਲ ਹੈ ਜੀ। ਅੱਛਾ, ਨਿਖਲ ਤੋਂ ਇਹ ਗੱਬਣ ਹੈ? ਹਾਂਜੀ। ਵੀਰ ਜੀ ਇਹ ਕੱਟੇ ਦੀ ਉਮਰ ਕਿੰਨੀ ਹੈ? ਇਹਦੀ ਜੀ 1 ਸਾਲ ਜੀ ਪੂਰੀ। 1 ਸਾਲ ਦੀ, ਠੀਕ ਹੈ, ਤੇ ਇਹ ਆਪਣੀ ਵੱਡੀ ਮਾਝ ਦਾ ਬੱਚਾ? ਵੱਡੀ ਮਾਝ ਦਾ ਹੀ ਬੱਚਾ। ਠੀਕ ਹੈ, ਤੇ ਇਹਦਾ ਫਾਦਰ? ਇਹ ਜੀ ਚੂਰ ਚੱਕਲਾ ਸਾਨ ਹੈ ਜੀ, ਕੋਹੀਨੂਰ। ਕੋਹੀਨੂਰ ਦਾ ਬੱਚਾ ਹੈ, ਠੀਕ ਹੈ ਬਾਈ ਜੀ। ਤੇ ਇਹ ਵੀ ਆਪਾਂ ਫਿਰ ਐਤਕੀ PDF ਦੇ ਮੇਲੇ ਤੇ ਜਾਊਗਾ ਇਹ? ਹਾਂਜੀ 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 ਜ਼ਰੂਰ ਜੀ। ਠੀਕ ਹੈ ਬਾਈ ਜੀ, ਕੁਛ ਹੋਰ ਪਸ਼ੂ ਵੀ ਬਾਈ ਜੀ ਹੋਰਾਂ ਨੇ ਰੱਖੇ ਆ ਕਿਸਾਨ ਵੀਰੋ, ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। ਨੀਲੀ ਰਾਵੀ ਦੇ ਵਿੱਚ ਆਹ ਵੀ ਝੋਟੀ ਫਿਊਚਰ ਦੇ ਵਿੱਚ ਬਹੁਤ ਸੋਹਣੀ ਤਿਆਰ ਹੋਊਗੀ। 1 HF ਗਾਂ, ਮੈਂ ਪਹਿਲਾਂ ਹੀ ਦੱਸਿਆ ਕਿ ਬਾਈ ਜੀ ਹੋਰੀ ਖੁਦ AI ਕਰਦੇ, ਉਹਦੇ ਕਰਕੇ ਜਿੰਨੇ ਵੀ ਪਸ਼ੂ ਆ ਇਹਨਾਂ ਕੋਲ ਸਾਰੇ ਰਿਕਾਰਡ ਵਾਲੇ ਸਾਨਾਂ ਦੇ ਬੱਚੇ ਆ। ਵੀਰ ਜੀ ਇਹ ਜਿਹੜੀ ਗਾਂ ਸਾਹਮਣੇ ਦਿਸ ਰਹੀ ਹੈ, ਇਹ ਹਜੇ ਸੂਣ ਵਾਲੀ ਹੈ? ਹਾਂਜੀ ਹਾਂਜੀ ਸੂਣ ਵਾਲੀ। ਪਹਿਲੇ ਸੂਏ ਸੂਣਾ ਨੇ? ਇਹਨੇ ਪਹਿਲੇ ਸੂਏ ਸੂਣਾ ਜੀ। ਠੀਕ ਹੈ, ਕਿੰਨਾ ਚਿਰ ਬਾਕੀ ਇਹਦਾ? ਇਹਦੇ ਜੀ ਅਜੇ 20-25 ਦਿਨ ਬਾਕੀ ਹੈ। 20-25 ਦਿਨ ਬਾਕੀ, ਇਹ ਵੀ ਸੇਲ ਕਰਨੀ ਹੈ? ਹਾਂ ਇਹ ਵੀ ਸੇਲ ਕਰਨੀ ਹੈ ਜੀ। ਠੀਕ ਹੈ, ਇਹਦਾ ਕੀ ਆਪਾਂ ਫਿਰ ਰੇਟ ਰੱਖਿਆ? ਅਸੀਂ ਇਹਦਾ ਜੀ 45,000 ਰੁਪਇਆ ਮੁੱਲ ਕਰਦੇ ਹਾਂ। 45,000 ਰੁਪਇਆ ਮੁੱਲ, 40-50 ਦੇ ਲਾਗੇ ਤਾਂਗੇ। ਠੀਕ ਹੈ, ਆਪਾਂ ਬਾਕੀ ਇਹ ਆਰਡਰ ਦੀ ਕੁਆਲਿਟੀ ਜਦੋਂ ਬਣੂਗੀ ਅਜੇ ਪਹਿਲਾਂ ਦੀ ਸ਼ੇਅਰ। ਠੀਕ ਹੈ, ਜਿਹੜੇ ਮਾਹਰ ਬੰਦੇ ਆ ਉਹ ਵੇਖ ਲੈਣਗੇ ਪਹਿਲਾਂ ਗਾਂ ਦਾ ਆਰਡਰ ਕਿੱਦਾਂ ਦਾ ਤਿਆਰ ਹੋ ਜਾਊਗਾ। ਸੂਨ ਦੇ ਵਿੱਚ 20-25 ਦਿਨ ਬਾਕੀ ਹੈ, ਤਾਂ ਬਹੁਤ ਤਕੜਾ ਆਰਡਰ ਜਿਹੜਾ ਇਹਦਾ ਬਣਾਉਣ ਦੀ ਸੰਭਾਵਨਾ ਹੈ। ਵੀਰ ਜੀ ਇਹ ਮੱਝ ਵੀ ਸੇਲ ਕਰਨੀ ਆਪਾਂ? ਹਾਂਜੀ ਹਾਂਜੀ ਮੱਝ ਵੀ ਸੇਲ ਕਰਨੀ। ਠੀਕ ਹੈ, ਇਹਦਾ ਕੀ ਆਪਾਂ ਰੇਟ ਕਰਦੇ? ਇਹਦਾ ਵੀ ਪ੍ਰਾਈਸ ਜੀ 1-20 ਉਦਾਸ ਦੀ ਅਸੀਂ ਕਰਦੇ ਮੀਟ ਬਈ ਉੱਥੇ। ਠੀਕ ਹੈ, ਯਾਨੀ 1-20 ਇਹਦਾ ਆਪਾਂ ਰੇਟ ਰੱਖਿਆ, ਤੇ ਸਰਟੀਫਿਕੇਟ ਸਾਰੇ ਆਪਣੇ ਕੋਲ ਹੈਗੇ, ਜੋ ਮਰਜ਼ੀ ਕੋਈ ਆ ਕੇ ਦੇਖ ਸਕਦਾ ਹੈ ਨਾ। ਠੀਕ ਹੈ, ਕਿਸਾਨ ਵੀਰੋ ਦੇਖ ਸਕਦੇ ਹਾਂ, ਜੇ ਕੋਈ ਨੀਲੀ ਰਾਵੀ ਬਰੀਡ ਰੱਖਣੀ ਚਾਹੁੰਦਾ ਹੈ
ਤਾਂ ਉਹ ਇਸ ਘਰ ਦੇ ਵਿੱਚੋਂ ਤੁਹਾਨੂੰ ਵਧੀਆ ਰਿਕਾਰਡ ਵਾਲੇ ਪਸ਼ੂ ਜਿਹੜੇ ਆ ਉਹ ਮਿਲ ਜਾਣਗੇ। ਵੀਰ ਜੀ ਆਪਣਾ ਮੋਬਾਈਲ ਨੰਬਰ ਬੋਲਿਓ। 99682 ਜੀ। 99682 ਹਾਂਜੀ। 19765 ਜੀ। 19765 ਠੀਕ ਹੈ ਕਿਸਾਨ ਵੀਰੋ। ਮੋਬਾਈਲ ਨੰਬਰ ਆਪਾਂ ਲੈ ਲਿਆ ਬਾਈ ਜੀ ਹੋਰਾਂ ਦਾ, ਤੁਸੀਂ ਸੰਪਰਕ ਕਰ ਸਕਦੇ ਹਾਂ। ਵਟਸਐਪ ਦੇ ਜ਼ਰੀਏ ਕੋਈ ਫੋਟੋਗ੍ਰਾਫਸ ਜਾਂ ਕੋਈ ਵੀਡੀਓ ਮੰਗਾਉਣੀ ਹੋਵੇ ਤਾਂ ਵੀ ਬਾਈ ਜੀ ਹੋਰਾਂ ਨਾਲ ਸੰਪਰਕ ਕਰ ਸਕਦੇ ਹਾਂ। ਬਾਕੀ ਇਹਨਾਂ ਦਾ ਸ਼ੌਂਕ ਤੁਹਾਨੂੰ ਕਿੱਦਾਂ ਦਾ ਲੱਗਾ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ। ਜਿਹੜੇ ਵੀਰਾਂ ਨੇ ਪਸ਼ੂ ਖਰੀਦਣੇ ਆ ਉਹ ਵੀ ਬਾਈ ਜੀ ਹੋਰਾਂ ਨਾਲ ਸੰਪਰਕ ਕਰ ਸਕਦਾ। ਮਿਹਰਬਾਨੀ ਵੀਰ ਜੀ।